ਜਿੰਦਰਾ ਹਸਤਾਲ ਦੇ ਵਿੱਚੋਂ ਇੱਕ ਕੈਦੀ ਪੁਲਿਸ ਪ੍ਰਸ਼ਾਸਨ ਨੂੰ ਚੱਕਮਾ ਦੇ ਕੇ ਫਰਾਰ ਹੋ ਜਾਂਦਾ ਜਿਸ ਨੂੰ ਲੈ ਕੇ ਪੁਲਿਸ ਦੀ ਕਾਰਵਾਈ ਤੇ ਵੱਡੇ ਸਵਾਲ ਖੜੇ ਹੋ ਰਹੇ ਹਨ ਖਲਾਕੀ ਖਬਰ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਕਈ ਗੈਂਗਸਟਰ ਜਿਹੜੇ ਭੱਜ ਰਹੇ ਨੇ ਕਈ ਨਸ਼ਾ ਤਸਕਰ ਜਿਹੜੇ ਭੱਜ ਰਹੇ ਨੇ ਤੇ ਇਨੀ ਵਿਚਾਲੇ ਜਿਹੜੀਆਂ ਪਟਿਆਲਾ ਤੋਂ ਖਬਰ ਸਾਹਮਣੇ ਆ ਰਹੀ ਸੀ ਕਿ ਇੱਕ ਅਮਰੀਕ ਨਾਮ ਦਾ ਨਸ਼ਾ ਤਸਕਰ ਜਿਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਸੀ ਜੇਲ੍ਹ ਚ ਬੰਦ ਸੀ ਕਿਸੇ ਕੈਦੀ ਦੇ ਨਾਲ ਉਸਦਾ ਲੜਾਈ ਝਗੜਾ ਹੋਇਆ ਜਿਵੇਂ ਹੀ ਪੁਲਿਸ ਉਸ ਨੂੰ ਹਸਪਤਾਲ ਲਿਉਂਦੀ ਐ ਐਕਸ-ਰੇ ਲਈ ਲਿਆਂਦਾ ਜਾਂਦਾ ਤੇ ਇਸੇ ਦੌਰਾਨ ਪੁਲਿਸ ਨੂੰ ਚਕਮਾ ਦੇ ਕੇ ਜਿਹੜਾ ਇੱਕ ਕੈਦੀ ਫਰਾਰ ਹੋ ਜਾਂਦਾ ਅਮਰੀਕ ਨਾਮ ਦਾ ਜਿਹੜਾ ਇੱਕ ਕੈਦੀ ਸੀ ਹੁਣ ਜਿਸਦੇ ਸਾਥੀ ਦੇ ਵੱਲੋਂ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਗਈ ਪੁਲਿਸ ਨੂੰ ਕਿਹਾ ਗਿਆ ਕਿ ਪੁਲਿਸ ਮਾਮਲੇ ਨੂੰ ਲੈ ਕੇ ਸਹੀ ਕਾਰਵਾਈ ਕਰੇ ਤੱਕਾ ਨਾ ਕਰੇ ਕਿਉਂ ਇਹ ਪੋਸਟ ਪਾਈ ਗਈ ਉਹ ਵੀ ਤੁਹਾਨੂੰ ਦੱਸ ਦਾਂਗੇ ਸੋ ਇਹ ਪੋਸਟ ਜਿਹੜੀ ਆ ਲਗਾਤਾਰ ਵਾਇਰਲ ਹੋ ਰਹੀ ਹੈ ਕਿਉਂਕਿ ਲਗਾਤਾਰ ਜਿਹੜੇ ਕੈਦੀ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਫਰਾਰ ਹੁੰਦੇ ਜਾ ਰਹੇ ਨੇ ਲਗਾਤਾਰ ਪੁਲਿਸ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਕਦੇ ਜੇਲ੍ਹ ਦੇ ਵਿੱਚੋਂ ਮੋਬਾਈਲ ਫੋਨ ਬਰਾਮਦ ਹੁੰਦੇ ਨੇ ਤੇ ਕਈ ਨਸ਼ਾ ਤਸਕਰ ਜਿਹੜੇ ਫਰਾਰ ਹੋ ਰਹੇ ਨੇ ਤੇ ਇਸੇ ਵਿਚਾਲੇ ਜਿਹੜਾ ਪਟਿਆਲਾ ਦੇ ਵਿੱਚ ਇੱਕ ਕੈਦੀ ਫਰਾਰ ਹੋ ਗਿਆ ਸੀ ਤੇ ਹੁਣ ਉਸ ਨੂੰ ਲੈ ਕੇ ਜਿਹੜੀ ਉਸਤੇ ਸਾਥੀ ਦੇ ਵੱਲੋਂ ਪੋਸਟ ਪਾਈ ਜਾਂਦੀ ਹੈ ਲਵ ਹਾਂਗਕਾਂਗ ਦੇ ਨਾਮ ਤੇ ਸੋਸ਼ਲ ਮੀਡੀਆ ਤੇ ਇਹ ਪੋਸਟ ਪਾਈ ਗਈ ਪੋਸਟ ਦੇ ਵਿੱਚ ਲਿਖਿਆ ਗਿਆ ਕਿ ਸਤਿ ਸ਼੍ਰੀ ਅਕਾਲ ਸਾਰੇ ਮਿੱਤਰਾਂ ਨੂੰ ਹੋਪ ਸਭ ਠੀਕ ਹੋਣਗੇ ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ ਕਿ ਕੁਝ ਦਿਨ ਪਹਿਲਾਂ ਸਾਡਾ ਭਰਾ ਅਮਰੀਕ ਪਟਿਆਲਾ ਰਜਿੰਦਰਾ ਹਸਪਤਾਲ ਤੋਂ ਪੁਲਿਸ ਕਸਟਡੀ ਚੋਂ ਫਰਾਰ ਹੋ ਗਿਆ ਸੀ ਸਾਡੇ ਭਰਾ ਦੇ ਕੇਸ ਤੇ ਵਿੱਚ ਪੁਲਿਸ ਨੇ ਪਹਿਲਾ 6 ਅਕਤੂਬਰ ਨੂੰ ਬੱਚੀ ਪਟਿਆਲਾ ਨੂੰ ਅਰੈਸਟ ਕੀਤਾ ਸੀ ਤੇ ਉਸ ਤੋਂ ਬਾਅਦ 7 ਅਕਤੂਬਰ ਨੂੰ ਮਨਦੀਪ ਨੂੰ ਜਿਹੜਾ ਗੋਇੰਦਵਾਲ ਜੇਲ੍ਹ ਤੋਂ ਰਿਮਾਂਡ ਤੇ ਲੈ ਕੇ ਗਈ ਸੀ ਪਟਿਆਲਾ ਪੁਲਿਸ ਤੇ ਆਖਰ ਵਿੱਚ 8 ਅਕਤੂਬਰ ਨੂੰ ਪਿੰਡ ਕੱਕਾ ਕੰਡਿਆਲਾ ਡਿਸਟ੍ਰਿਕਟ ਤਰਨਤਾਰਨ ਤੋਂ ਸਾਡੇ ਦੋ ਭਰਾ ਸੰਦੀਪ ਮਸੀ ਤੇ ਅੰਕੁਸ਼ ਮਸੀ ਨੂੰ ਪਟਿਆਲਾ ਸੀਆਈਏ ਸਟਾਫ ਤੇ ਤਰਨਤਾਰਨ ਪੁਲਿਸ ਨੇ ਮਿਲ ਕੇ ਅਰੈਸਟ ਕਰ ਲਿਆ ਸੀ ਪਰ ਪੁਲਿਸ ਸਾਡੇ ਵੀਰਾਂ ਨੂੰ ਹਾਲੇ ਤੱਕ ਪੁਲਿਸ ਪੇਸ਼ ਨਹੀਂ ਕਰ ਰਹੀ ਮੈਂ ਇਹ ਹੋਪ ਕਰਦਾ ਹਾਂ ਕਿ ਪੁਲਿਸ ਸਹੀ ਕਾਰਵਾਈ ਕਰੇ ਤੇ ਕੋਈ ਤੱਕਾ ਨਾ ਕਰੇ ਤੇ ਸਭ ਨੂੰ ਰਿਕੁਐਸਟ ਕਰਦਾ ਹਾਂ ਕਿ ਸਾਰੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਜੋ ਪੁਲਿਸ ਸਾਡੇ ਵੀਰਾਂ ਦੇ ਨਾਲ ਤੱਕਾ ਕਰੀ ਹੈ ਉਸ ਨੂੰ ਜਿਹੜਾ ਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸੋ ਲਵ ਹਾਂਗਕਾਂਗ ਦੇ ਨਾਮ ਤੇ ਇਹ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਾਂਦੀ ਹੈ ਤੇ ਇਸ ਪੋਸਟ ਨੂੰ ਸ਼ੇਅਰ ਕਰਨ ਦੇ ਲਈ ਜਿਹੜੀ ਅਪੀਲ ਕੀਤੀ ਜਾਂਦੀ ਹੈ ਸੋ ਜਦੋਂ ਅਮਰੀਕ ਪੁਲਿਸ ਕਸਟਡੀ ਤੋਂ ਫਰਾਰ ਹੁੰਦਾ ਹੈ ਹਰਾਸਤ ਦੇ ਵਿੱਚੋਂ ਫਰਾਰ ਹੁੰਦਾ ਹੈ ਤੇ ਉਸ ਤੋਂ ਬਾਅਦ ਹਾਲਾਂਕਿ ਕਈ ਗ੍ਰਿਫਤਾਰੀਆਂ ਹੋਈਆਂ ਪਰ ਅਜੇ ਵੀ ਅਮਰੀਕ ਨਾਮ ਦਾ ਜਿਹੜੇ ਨਸ਼ਾ ਤਸਕਰਾਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਲਗਾਤਾਰ ਇਸ ਦੀ ਪਾਲ ਦੇ ਲਈ ਸ਼ਾਪੇ ਮਾਰੀ ਕੀਤੀ ਜਾ ਰਹੀ ਹੈ ਕਿੰਨਾ ਕਿਤੇ ਪੁਲਿਸ ਦੇ ਵੱਲ ਉੱਤੇ ਜਿਹੜੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਾਰਵਾਈ ਤੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਲਗਾਤਾਰ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਪੁਲਿਸ ਦੇ ਵੱਲੋਂ ਢਿੱਲ ਜੜੀ ਆ ਵਰਤੀ ਜਾ ਰਹੀ ਹੈ ਸਹੀ ਸੇ ਤਰ੍ਹਾਂ ਪਟਿਆਲਾ ਰਜਿੰਦਰਾ ਹਸਪਤਾਲ ਦੇ ਵਿੱਚੋਂ ਵੀ ਜਿਹੜਾ ਅਮਰੀਕ ਨਾਮ ਦਾ ਕੈਦੀ ਫਰਾਰ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਹਾਲਾਂਕਿ ਪੁਲਿਸ ਦੇ ਵੱਲੋਂ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਪਰ ਅਮਰੀਕ ਨਾਮ ਦਾ ਜਿਹੜਾ ਨਸ਼ਾ ਤਸਕਰ ਅਜੇ ਵੀ ਪੁਲਿਸ ਦੇ ਗ੍ਰਿਫਤ ਦੇ ਵਿੱਚੋਂ ਬਾਹਰ ਹੈ ਤੇ ਹੁਣ ਪੋਸਟ ਜਿਹੜੀ ਹੈ ਸਾਂਝੀ ਕੀਤੀ ਗਈ ਇਸ ਤੇ ਸਾਥੀ ਦੇ ਵੱਲੋਂ ਸਾਂਝੀ ਕੀਤੀ ਜਾਂਦੀ ਲਵ ਹਾਂਗਕਾਂਗ ਦੇ ਨਾਮ ਤੇ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਤੇ ਪੁਲਿਸ ਨੂੰ ਗੱਲ ਆਖੀ ਗਈ ਹੈ ਕਿ ਪੁਲਿਸ ਸਹੀ ਮਾਮਲੇ ਨੂੰ ਲੈ ਕੇ ਕਾਰਵਾਈ ਕਰੇ ਤੱਕਾ ਨਾ ਕਰੇ ਸੋ ਇਹ ਪੋਸਟ ਲਗਾਤਾਰ ਹਾਲਾਂਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੰਨਾ ਲੋਕਾਂ ਦੇ ਹੌਸਲੇ ਜਿਹੜੇ ਆ ਬੁਲੰਦ ਨਜ਼ਰ ਆ ਰਹੇ ਨੇ ਪੁਲਿਸ ਨੂੰ ਠਿੱਕ ਜਾਣ ਕੇ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਕੇ ਜਿਹੜਾ ਅ ਅੰਜਾਮ ਦੇ ਰਹੇ ਨੇ ਵਾਰਦਾਤਾ ਨੂੰ ਪੁਲਿਸ ਨੂੰ ਠਿੱਕ ਜਾਣ ਕੇ ਜਿਹੜਾ ਆ ਫਰਾਰ ਹੋ ਜਾਂਦੇ ਨੇ ਤੇ ਇਸੇ ਤਰ੍ਹਾਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਵੀ ਇਹ ਜਿਹੜਾ ਕੈਦੀ ਫਰਾਰ ਹੁੰਦੇ ਜਿਸ ਨੂੰ ਐਕਸ-ਰੇ ਦੇ ਲਈ ਲਿਜਾਇਆ ਜਾਂਦਾ ਸੀ ਤੇ ਹੁਣ ਪੋਸਟ ਜਿਹੜੀ ਅੱਜ ਸਾਂਝੀ ਕੀਤੀ ਗਈ ਅਮਰੀਕ ਨਾਮ ਦੇ ਕੈਦੀ ਜੋ ਫਰਾਰ ਹੋਇਆ ਉਸ ਨੇ ਹੱਕ ਦੇ ਵਿੱਚ ਉਸਦੇ ਸਾਥੀਆਂ ਦੇ ਵੱਲੋਂ ਜਿਹੜੀ ਇਹ ਪੋਸਟ